ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲ ਪੁਰੀਏ ਪੁੰਰਕ ਬਨਾ ਤਾਂਚੇ ਹੰਸਾ ਸਗਲੀ ਜਨਾ ਕ੍ਰਿਸ਼ਨਾ ਤੇ ਨਚ ਜਾਨੂ ਹਰ ਹਰ ਨਚੰਤੀ ਨਚਨਾ ਪਹਿਲ ਪੁਰਸਾ ਬਿਰਾ ਅਥੂਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਹਾਉ ਨਾ ਚੰਤੀ ਗੋਪੀ ਜਨਾ ਨਈਆ ਤੇ ਪੈਰੇ ਕੰਨਾ ਤਰਕ ਨਾ ਜਾ ਪਰਮੀਆਂ ਚਾ ਕੇਸ਼ਬਾ ਬਚਾਉਣੀ ਐਈਏ ਮਈਏ ਏਕ ਆਨ ਜਿਉ ਪਿੰਦੀ ਊਬ ਕਲੇ ਸੰਸਾਰਾ ਭ੍ਰਮ ਭ੍ਰਮ ਆਇ ਤੁਮ ਚੀ ਦਵਾਰਾ ਤੂੰ ਕੁੰਨ ਰੇ ਮੇਂ ਜੀ ਨਾਮ ਹੋ ਜੀ ਆਲਾ ਤੇ ਨਵਾਰਣਾ ਜਮ ਕਰਨਾ ਇਹ ਮੁਬਾਰਕ ਬਚਨ ਭਗਤ ਨਾਮਦੇਵ ਜੀ ਦੀ ਪਵਿੱਤਰ ਰਸਨਾ ਤੋਂ ਉਚਾਰੇ ਹੋਏ ਨੇ ਸਮੇਂ ਨੇ ਬਹੁਤ ਲਮੀਰਾ ਪੰਧ ਤੈਅ ਕਰ ਲਿਆ ਪਰ ਹਾਲੇ ਤੱਕ ਵੀ ਇਨ੍ਹਾਂ ਭਗਤਾਂ ਦੀਆਂ ਜੀਵਨੀਆਂ ਇਨਾਂ ਦੇ ਸਿਧਾਂਤਕ ਪੱਖ ਮਨੁੱਖਤਾ ਨੂੰ ਦਿੱਤੀ ਹੋਈ ਦੇਣ ਹਾਲੇ ਤੱਕ ਅਸੀਂ ਸੰਸਾਰ ਦੇ ਸਾਹਮਣੇ ਨਹੀਂ ਰੱਖ ਸਕੇ ਸੰਸਾਰ ਦੀਆਂ ਨਜ਼ਰਾਂ ਵਿੱਚ ਕਿਉਂ ਉਸ ਵੇਲੇ ਅਖੌਤੀ ਧਰਮੀਆਂ ਦੀ ਨਜ਼ਰਾਂ ਵਿੱਚ ਭਗਤ ਨਾਮਦੇਵ ਜੀ ਨੂੰ ਉਹ ਧਰਮੀ ਕਬੂਲਣ ਲਈ ਤਿਆਰ ਨਹੀਂ ਪਰ ਜੇ ਤੁਸੀਂ ਉਹਨਾਂ ਦੀ ਵਿਚਾਰ ਪੜੋਗੇ ਤੇ ਤੁਹਾਨੂੰ ਇਹ ਬੋਲ ਸੱਚ ਲੱਗਣਗੇ ਸਤਿਗੁਰੂ ਜੀ ਦੇ ਵੀ ਉਹਨਾਂ ਐਵੇਂ ਨਹੀਂ ਆਖਿਆ ਧਰਮ ਦੀ ਪੋਸ਼ਾਕ ਵਿੱਚ ਛੁਪੇ ਹੋਏ ਸ਼ੈਤਾਨਾਂ ਨੂੰ ਪ੍ਰਗਟ ਕੀਤਾ ਹੈ ਕਾਦੀ ਕੂੜ ਬੋਲ ਮਲ ਖਾਈ ਬ੍ਰਹਮਣ ਨਾ ਬੇ ਜੀਂਗਾ ਖਾਈ ਜੋ ਕੀ ਯੁਗਤ ਨਾ ਜਾਣੇ ਅੰਧ ਤੀਨੇ ਓਚਾੜੇ ਕਾ ਬੰਧ ਜਿਨ੍ਹਾਂ ਧਰਮੀ ਲੋਕਾਂ ਨੇ ਮਨੁੱਖਤਾ ਨੂੰ ਰੱਬੀ ਰਾਹ ਦਿਖਾਉਣਾ ਸੀ ਉਹ ਉਜਾੜੇ ਦਾ ਕਾਰਨ ਬਣੇ ਹੋਏ ਸਨ ਕਿਉਂ ਕਿ ਦੇਖੋ ਭਗਤ ਨਾਮਦੇਵ ਜੀ ਦੇ ਨਾਲ ਉਹਨਾਂ ਕਿੱਡਾ ਵੱਡਾ ਕਹਿਰ ਕੀਤਾ ਜਿੱਥੋਂ ਧਰਮ ਦੀ ਗੱਲ ਹੋਣੀ ਚਾਹੀਦੀ ਸੀ ਲੋਕੀ ਧਰਮ ਦੀ ਗੱਲ ਸੁਣ ਨਾਉਂਦੇ ਸਨ ਧਾਰਮਿਕ ਮੰਦਿਰ ਬਣਾਇਆ ਸੀ ਪਰ ਉੱਥੇ ਹੀ ਅਧਰਮ ਦੀ ਗੱਲ ਹੁੰਦੀ ਸੀ ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਮੈਂ ਉਸ ਜਗ੍ਹਾ ਤੇ ਜਾ ਕੇ ਧਰਮ ਦੀਆਂ ਗੱਲਾਂ ਕਰਾਂ ਪਰ ਅਧਰਮੀਆਂ ਨੂੰ ਧਰਮ ਕਿਵੇਂ ਪ੍ਰਵਾਨ ਹੋ ਸਕਦਾ ਹੈ ਉਹਨਾਂ ਨੇ ੱੱਕੇ ਮਾਰੀ ਬਾਹਰ ਕੱਢ ਦਿੱਤਾ ਬਾਹਰ ਜਾ ਕੇ ਬੈਠ ਕੇ ਦੇਖੋ ਸੱਚ ਤਾਂ ਕਿਤੇ ਵੀ ਬੋਲਿਆ ਜਾਏ ਉਹ ਸੱਚ ਹੈ ਸੱਚ ਨੂੰ ਮੰਦਰ ਚ ਬੋਲਦੇ ਹੋ ਸੱਚ ਨੂੰ ਗੁਰਦੁਆਰੇ ਵਿੱਚ ਬੋਲਦੇ ਹੋ ਸੱਚ ਨੂੰ ਕਿਸੇ ਦੇ ਘਰ ਵਿੱਚ ਬੋਲਦੇ ਹੋ ਸੱਚ ਨੂੰ ਜੰਗਲਾਂ ਚ ਬੋਲਦੇ ਹੋ ਸੱਚ ਨੂੰ ਮੇਲਿਆਂ ਚ ਬੋਲਦੇ ਹੋ ਸੱਚ ਸੱਚ ਹੈ ਸੱਚ ਕਿਤੇ ਵੀ ਬੋਲਦੇ ਹੋ ਭਗਤ ਨਾਮਦੇਵ ਜੀ ਮੰਦਰ ਨੂੰ ਛੱਡ ਕੇ ਬਾਹਰ ਆ ਗਏ ਉੱਥੇ ਬੈਠ ਕੇ ਜੋ ਸੱਚ ਬੋਲਿਆ ਤੇ ਇਹਨਾਂ ਸ਼ਬਦਾਂ ਵਿੱਚੋਂ ਦਰਸ਼ਨ ਕਰਿਓ ਜੇ ਕੈਸੀ ਦਾਰਸ਼ਨਿਕ ਅਵਸਥਾ ਕੈਸੀ ਸਿਧਾਂਤਕ ਅਵਸਥਾ ਕੈਸੀ ਕਮਾਲ ਦੀ ਅਵਸਥਾ ਉਹਨਾਂ ਦੀ ਪੁਰਾਣੇ ਸਾਰੇ ਭਰਮਾਂ ਨੂੰ ਰੋੜ ਕੇ ਲੈ ਜਾਂਦੀ ਹੈ ਆਪਾਂ ਨੂੰ ਇੱਕ ਇੱਕ ਸ਼ਬਦ ਤੇ ਰੁੱਕ ਕੇ ਤੁਰਨਾ ਪੈਣਾ ਤਾਂ ਕਰਕੇ ਮੈਂ ਵਿਚਾਰ ਦੀ ਸ਼ੁਰੂਆਤ ਕਰਨੀ ਚਾਹੁੰਦਾ ਹਰਹਾਉ ਵਾਲਾ ਬੰਦ ਹੈ ਅੱਜ ਦੇ ਮੁਬਾਰਕ ਬਚਨ ਵਿੱਚ ਸਹਿਬ ਜੀ ਕਿਰਪਾ ਕਰਦੇ ਨੇ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਸਿਰਫ ਇੱਕੋ ਪੰਕਤੀ ਦੇ ਅਰਥ ਕਰਕੇ ਮੈਂ ਅੱਗੇ ਤੁਰ ਜਾਣਾ ਹੈ ਬਾਕੀ ਫਿਰ ਨਾਲ-ਨਾਲ ਅਰਥ ਕਰਾਂਗਾ ਹਰ ਕਬਾਗਰਾ ਆ ਸੰਸਾਰ ਮੈਨੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਬਗੀਚਾ ਨਜ਼ਰ ਆਉਂਦਾ ਹੈ ਇਹ ਪਰਮੇਸ਼ਰ ਦਾ ਬਗੀਚਾ ਨਜ਼ਰ ਆਉਂਦਾ ਹੈ ਮੈਨੂੰ ਕਿਸੇ ਦਾ ਨਹੀਂ ਦੇਖੋ ਸਮਾਂ ਨਹੀਂ ਇਹਨਾਂ ਮੈਂ ਬਾਰ-ਬਾਰ ਬੇਨਤੀ ਕਰਾਂ ਪਰ ਤੁਸੀਂ ਇੱਕ ਗੱਲ ਨੂੰ ਪਕੜ ਵਿੱਚ ਰੱਖ ਕੇ ਤੁਰਿਓ ਜਦੋਂ ਈਸ਼ਾਈ ਧਰਮ ਨੂੰ ਪੜੋਗੇ ਉਹ ਕਹਿੰਦੇ ਦੁਨੀਆ ਬਣਨ ਦਾ ਕਾਰਨ ਮਨੁੱਖ ਦੀ ਗਲਤੀ ਹੈ ਤੇ ਇਹ ਜਿਹੜੇ ਅੱਜ ਸੰਸਾਰ ਹੈ ਇਹ ਆਪਣੀ ਗਲਤੀ ਦਾ ਪਛਤਾਵਾ ਕਰ ਰਿਹਾ ਹੈ ਜਾਂ ਉਹਦਾ ਦੁੱਖ ਭੋਗ ਰਿਹਾ ਹੈ ਗੁਰਮਤ ਨਹੀਂ ਮੰਦੀ ਉਹ ਮੰਨਦੇ ਨੇ ਵੀ ਮਨੁੱਖ ਨੇ ਇੱਕ ਵਰਜਿਤ ਫਲ ਖਾ ਲਿਆ ਸੀ ਉਹਦੇ ਕਾਰਨ ਤਾਂ ਸੰਸਾਰ ਬਣਿਆ ਉਹਨਾਂ ਦੀ ਵਿਚਾਰੀ ਜਦੋਂ ਸਨਾਤਨੀ ਧਰਮ ਵੱਲ ਜਾਓਗੇ ਤਾਂ ਉਹ ਕਹਿੰਦੇ ਬਈ ਇੱਕ ਮਾਈ ਪੈਦਾ ਹੋਈ ਤੇ ਉਹਨੇ ਤਿੰਨ ਵਾਰੀ ਆਪਣੇ ਹੱਥ ਤੇ ਇੱਕ ਵਾਰੀ ਅੰਗੂਠੇ ਨੂੰ ਰਗੜਿਆ ਤਿੰਨ ਬੱਚੇ ਪੈਦਾ ਹੋਏ ਇੱਕ ਨੂੰ ਸੰਸਾਰੀ ਇੱਕ ਨੂੰ ਭੰਡਾਰੀ ਇੱਕ ਨੂੰ دیਵਾਨ ਲਾ ਦਿੱਤਾ ਤੇ ਉਹਦੇ ਵਿੱਚੋਂ ਸੰਸਾਰ ਪੈਦਾ ਹੋਇਆ ਕੋਈ ਕਹਿੰਦਾ ਕਮਰ ਫੁੱਲ ਵਿੱਚੋਂ ਪੈਦਾ ਹੋਇਆ ਇਤਿਹਾਦਕ ਬੱਖੋ ਵੱਖਣੀਆਂ ਵਿਚਾਰਾਂ ਨੇ ਭਗਤ ਨਾਮਦੇਵ ਜੀ ਨੇ ਕਮਾਲ ਕਰ ਦਿੱਤੀ ਸਾਰੀਆਂ ਰੋੜ ਕੇ ਰੱਖ ਦਿੱਤੀਆਂ ਕਹਿੰਦੇ ਨਹੀਂ ਮੈਨੂੰ ਤਾਂ ਹਰ ਕਾ ਬਾਗਰਾ ਲੱਗਦਾ ਹੈ ਇਹ ਇਹ ਰੱਬ ਦਾ ਬਗੀਚਾ ਲੱਗਦਾ ਉਸ ਤੋਂ ਬਿਨਾ ਕਿਸੇ ਨੇ ਨਹੀਂ ਬਣਾਇਆ ਇਹ ਮੈਨੂੰ ਨਹੀਂ ਲੱਗਦਾ ਕਿਸੇ ਦਾ ਹੈ ਇਹ ਤਾਂ ਹਰੀ ਦਾ ਸੰਸਾਰ ਪਰਮੇਸ਼ਰ ਦਾ ਇੱਕ ਬਾਗ ਹੈ ਜਿਹਦੇ ਵਿੱਚ ਮੈਨੂੰ یوں ਪ੍ਰਤੀਤ ਹੁੰਦਾ ਹੈ ਕਿ ਇੱਥੇ ਜੀਵ ਜਿਹੜੇ ਭੱਜੇ ਫਿਰਦੇ ਨੇ ਉਹ ਮਾਇਆ ਦੇ ਕਾਰਨ ਪਟਕਣਾ ਵਿੱਚ ਪਏ ਹੋਏ ਨੇ ਤੇ ਉਹ ਦਿਨ ਰਾਤ ਦਿਨ ਰਾਤ ਇਸ ਪਟਕਣਾ ਵਿੱਚ ਨੇ ਹਰਕਾ ਬਾਗਰਾ ਹਰੀ ਦਾ ਬਾਗ ਹੈ ਨੱਚੈ ਨੱਚਦਾ ਹੈ ਟਟਕਦਾ ਫਿਰਦਾ ਹੈ ਸੰਸਾਰ ਕਿਵੇਂ ਪਿੰਦੀ ਮੈਂ ਸਾਗਰਾ ਪਿੰਦੀ ਕਹਿੰਦੇ ਨੇ ਟਿੰਡ ਨੂੰ ਪੁਰਾਣੇ ਸਮੇਂ ਦੇ ਵਿੱਚ ਖੂਬ ਵਿੱਚੋਂ ਪਾਣੀ ਕੱਢਣ ਵਾਸਤੇ ਟਿੰਡਾਂ ਵਾਲੇ ਖੂਬ ਵਰਤੇ ਜਾਂਦੇ ਸਨ ਛੋਟਾ ਜਿਹਾ ਇੱਕ ਭਾਂਡਾ ਹੁੰਦਾ ਸੀ ਉਹਦੀ ਲੰਮੀ ਇੱਕ ਕਤਾਰ ਹੁੰਦੀ ਸੀ ਉਹ ਪਾਣੀ ਕੱਢਦੀ ਸੀ ਕਹਿੰਦੇ ਜਿਵੇਂ ਟਿੰਡਾਂ ਵਿੱਚੋਂ ਪਾਣੀ ਭਰ ਕੇ ਆਉਂਦਾ ਖਾਲੀ ਹੁੰਦਾ ਫਿਰ ਚਲੇ ਜਾਂਦਾ ਕੰਨੀ ਮੈਨੂੰ ਤਾਂ ਸੰਸਾਰ ਏਵੇਂ ਲੱਗਦਾ ਹੈ ਸਵਾਸਾਂ ਦੀ ਪੂੰਜੀ ਲੈ ਕੇ ਆਉਂਦਾ ਹੈ ਇਥੇ ਖੇਡਦਾ ਚਾਰਕ ਦਿਨ ਸਵਾਸਾਂ ਦੀ ਪੂੰਜੀ ਖਤਮ ਕਰਦਾ ਫਿਰ ਤੁਰ ਪੈਂਦਾ ਹੁਣ ਕਿੰਡੀ ਕਮਾਲ ਦੀ ਵਿਚਾਰ ਹੈ ਜੰਮਣ ਮਰਨ ਦੀ ਗੱਲ ਕਰ ਦਿੱਤੀ ਜਨਮ ਦੀ ਗੱਲ ਕਰ ਦਿੱਤੀ ਰੱਬ ਦੀ ਗੱਲ ਕਰ ਦਿੱਤੀ ਕਿਸੇ ਦੇਵੀ ਦੇਵਤੇ ਦੀ ਗੱਲ ਨਹੀਂ ਵਿੱਚੋਂ ਸਾਰਿਆਂ ਨੂੰ ਕੱਟ ਦਿੱਤਾ ਕੈਸੀ ਕਮਾਲ ਦੀ ਵਿਚਾਰ ਹੈ ਅਸੀਂ ਅੱਜ ਤੱਕ ਸੰਸਾਰ ਨੂੰ ਦੱਸ ਨਹੀਂ ਪਾਏ ਇਹ ਗੱਲ ਤਾਂ ਹਜ਼ੂਰ ਨੇ ਪਹਿਲੀਆਂ ਪੰਕਤੀਆਂ ਬਖਸ਼ਿਸ਼ ਕੀਤੀਆਂ ਨੇ ਪਹਿਲ ਪੁਰਿਏ ਪੁੰਰਕ ਬਣਾ ਪਹਿਲਪੁਰੀਏ ਸਭ ਤੋਂ ਪਹਿਲਾ ਪੁੰਡਰਕ ਬਣਾ ਪੁੰਡਰਕ ਦਾ ਅਰਥ ਹੁੰਦਾ ਹੈ ਭਾਵ ਉਹ ਇੱਕ ਜੰਗਲ ਦੀ ਤਰ੍ਹਾਂ ਬਣਦੀ ਤਰ੍ਹਾਂ ਪਹਿਲਪੁਰੀਏ ਪੁੰਡਰਕ ਬਣਾ ਤੇ ਇੱਥੇ یوں ਸਮਝ ਲਓ ਵੀ ਚਿੱਟੇ ਕੌਲ ਦੇ ਫੁੱਲ ਸਨ ਚਿੱਟੇ ਕਮਲ ਦੇ ਫੁੱਲ ਸਨ ਇੱਕ ਸਿਧਾਂਤਕ ਜਾਂ ਇੱਕ ਸੰਭੌਲਕ ਬਚਨ ਨੇ ਸਾਰੇ ਇੱਕ ਇਸ਼ਾਰੇ ਮਾਤਰ ਬਚਨ ਨੇ ਸਾਰੇ ਹੁਣ ਕੌਲਡ ਫੁੱਲ ਕੀ ਹੁੰਦਾ ਜਿਹੜਾ ਚਿੱਕੜ ਦੇ ਦਾਗ ਤੋਂ ਬੇਦਾਗ ਰਹਿੰਦਾ ਹੈ ਕਹਿੰਦੇ ਜਦੋਂ ਰੱਬ ਨੇ ਪਹਿਲੀ ਵਾਰੀ ਇਹ ਸੰਸਾਰ ਦਾ ਬਾਗੀਚਾ ਬਣਾਇਆ ਇਹਦੇ ਵਿੱਚ ਜਿਹੜੇ ਜੀਵ ਰੂਪੀ ਫੁੱਲ ਸਨ ਉਹ ਕਮਲ ਫੁੱਲ ਵਰਗੇ ਸਨ ਉਹ ਕੌਲਡ ਫੁੱਲ ਵਰਗੇ ਸਨ ਭਾਵ ਉਹਨਾਂ ਦੇ ਉੱਤੇ ਕੋਈ ਕਿਸੇ ਕਿਸਮ ਦਾ ਦੋਸ਼ ਨਹੀਂ ਸੀ ਉਹ ਨਿਰਦੋਸ਼ ਨੇ ਉਹ ਰੱਬ ਨੇ ਪੈਦਾ ਕੀਤੇ ਪਵਿੱਤਰ ਲੋਕ ਨੇ ਉਹ ਰੱਬ ਦੇ ਪੈਦਾ ਕੀਤੇ ਪਵਿੱਤਰ ਜੀਵ ਨੇ ਮੁੜ ਆਪਣੇ ਕਰਮਾਂ ਦੇ ਕਾਰਨ ਰੱਬੀ ਵਿਛੋੜਾ ਪਾ ਲੈਂਦਾ ਮਨੁੱਖ ਪਰ ਜਦੋਂ ਰੱਬ ਨੇ ਪਹਿਲਾਂ ਭੇਜਿਆ ਉਹ ਪਵਿੱਤਰ ਜੀਵ ਹੀ ਆਇਆ ਤਾਂ ਚੇ ਹੰਸਾ ਸਗਲੇ ਜਨ ਸਾਰੇ ਜੀ ਜੰਤੂਸ ਕੋਲ ਫੁੱਲ ਦੇ ਹੰਸਾਂ ਵਰਗੇ ਸਨ ਹੁਣ ਦੂਜਾ ਸ਼ਬਦ ਵਰਤੇ ਹੈ ਹੰਸ ਹੰਸ ਵੀ ਇੱਕ ਉਹ ਹੈ ਜਿਹੜਾ ਬਹੁਤ ਵਧੀਆ ਖੁਰਾਕ ਖਾਂਦਾ ਹੈ ਉਹ ਕਦੇ ਛੱਪਣਾ ਤੇ ਬੈਠ ਕੇ ਗੰਦੀਆਂ ਖੁਰਾਕਾਂ ਨਹੀਂ ਖਾਂਦਾ ਗੁਰਬਾਣੀ ਵਿੱਚ ਜ਼ਿਕਰ ਹੈ ਹੰਸਾ ਕੀ ਦਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਈ ਕਹਿੰਦੇ ਇਹਨਾਂ ਜੀਵਾਂ ਦੀਆਂ ਬਿਰਤੀਆਂ ਵੀ ਹੰਸ ਵਰਗੀਆਂ ਸਨ ਪਹਿਲਾਂ ਜੀਵ ਪੈਦਾ ਕੀਤੇ ਜੀਵ ਕਿਹੋ ਜਿਹੇ ਸਨ ਕਮਲ ਫੁੱਲ ਵਰਗੇ ਬੇਦਾਗ ਬਿਲਕੁਲ ਕੋਈ ਉਹਨਾਂ ਦੇ ਛੜਤੇ ਕਰਮਾਂ ਦਾ ਦੋਸ਼ ਨਹੀਂ ਸੀ ਤੇ ਉਸ ਤੋਂ ਬਾਅਦ ਵਿੱਚ ਤੇ ਸਤਿਗੁਰੂ ਕਿਰਪਾ ਕਰਦੇ ਨੇ ਕਹਿੰਦੇ ਫਿਰ ਉਹਨਾਂ ਦੀਆਂ ਬਿਰਤੀਆਂ ਵੀ ਜੀਵਾਂ ਦੀਆਂ ਜਿਹੜੀਆਂ ਸਨ ਬੜੀਆਂ پاک ਪਵਿੱਤਰ ਸਨ ਇੱਕ ਦੂਜੇ ਨੂੰ ਧੋਖਾ ਦੇਣਾ ਮਾੜਾ ਖਾਣਾ ਜਿਵੇਂ ਕਿਸੇ ਦਾ ਹੱਕ ਖਾਣਾ ਇਤੇ ਆਦ ਕੋਨਾਂ ਦੀਆਂ ਬਿਰਤੀਆਂ ਨਹੀਂ ਸਨ ਉਹ ਬੜੇ ਕਮਲ ਫੁੱਲ ਵਰਗੇ ਤੇ ਬੜੇ ਹੰਸਾਂ ਦੀ ਵਰਗੇ ਸਨ ਛੱਪੜਾਂ ਤੇ ਨਹੀਂ ਰੱਬ ਨਾਲ ਜੁੜਨ ਵਾਲੇ ਲੋਕ ਸਨ ਕ੍ਰਿਸ਼ਨਾਂ ਤੇ ਜਾਨੋ ਹਰਨਾ ਚੰਤੀ ਨਾਚਨਾ ਕ੍ਰਿਸ਼ਨਾਂ ਤੇ ਕ੍ਰਿਸ਼ਨ ਦਾ ਅਰਥ ਹੈ ਮਾਇਆ ਫਿਰ ਰੱਬ ਦੀ ਮਾਇਆ ਨੇ ਪ੍ਰਭਾਵ ਪਾ ਲਿਆ ਜੀਵਾਂ ਤੇ ਹ ਕੋਲ ਫੁੱਲ ਵਰਗੇ ਜੀਵ ਹੰਸਾਂ ਦੀ ਵਰਤੀ ਵਰਗੇ ਜੀਵਾਂ ਦੇ ਉੱਤੇ ਹੁਣ ਮਾਇਆ ਦਾ ਅਸਰ ਹੋ ਗਿਆ ਮਾਇਆ ਦੇ ਅਸਰ ਨੇ ਆਪਣਾ ਪ੍ਰਭਾਵ ਦਿਖਾਇਆ ਕ੍ਰਿਸ਼ਨ ਤੇ ਜਾਨੋ ਹਰ ਨਚੰਤੀ ਨਾਚਣਾ ਕਹਿੰਦੇ ਫਿਰ ਮਾਇਆ ਦੇ ਪ੍ਰਭਾਵ ਕਰਕੇ ਆ ਜਗ ਤੇ ਜਿਹੜਾ ਇਹ ਮਾਇਆ ਦੇ ਨਾਚ ਨੱਚਣ ਲੱਗ ਪਿਆ ਸਤਿਗੁਰ ਦੀ ਬਾਣੀ ਚ ਇੱਕ ਬੜਾ ਪਿਆਰਾ ਬਚਨ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖਾ ਦੇਖੇ ਸੁਨੇ ਬੋਲੇ ਦੌੜੀਓ ਫਿਰਤ ਹੈ ਜਬ ਕਿਛ ਪਾਵੇ ਤਬ ਗਰਭ ਕਰਦੇ ਹੈ ਮਾਇਆ ਗਈ ਤਬ ਰੋਣ ਲੱਗਦੇ ਹੈ ਮਾਇਆ ਦੇ ਪ੍ਰਭਾਵ ਥੱਲੇ ਜੀਵ ਇਵੇਂ ਸੰਸਾਰ ਦਾ ਮਾਇਆ ਦਾ ਨਾਚ ਨੱਚਣ ਲੱਗ ਪਏ ਪਹਿਲਾ ਪੈਦਾ ਰੱਬ ਨੇ ਹੰਸਾਂ ਵਰਗੀ ਕੀਤੇ ਸਨ ਪੈਦਾ ਰੱਬ ਨੇ ਕੌਲਫਲ ਵਰਗੇ ਕੀਤੇ ਸਨ ਮਾਇਆ ਤਾਂ ਇੱਕ ਗੁਜ਼ਰਾਨ ਦੇ ਕੇ ਤੋਰਿਆ ਸੀ ਸੰਸਾਰ ਦੀ ਇਸ ਮਾਇਆ ਮਤਲਬ ਕੱਲਾ ਧਨ ਦੌਲਤ ਨਹੀਂ ਸੰਸਾਰ ਦੀ ਸੋਹਪਣ ਵਿਕਾਰਾਂ ਦਾ ਤੇ ਮਨੁੱਖ ਦੀ ਆਪਣੀ ਹਉਮੈ ਦਾ ਇਹ ਸਾਰਾ ਕੁਸ਼ੀ ਮਾਇਆ ਦੀ ਇੱਕ ਆਪਣੀ ਫੈਮਿਲੀ ਹੈ ਉਹਦਾ ਇੱਕ ਆਪਣਾ ਪਰਿਵਾਰ ਹੈ ਉਹਦੇ ਪ੍ਰਭਾਵ ਥੱਲੇ ਜੀਵ ਜਿਹੜੇ ਸਨ ਉਹ ਮੰਨਦੇ ਪ੍ਰਭੂ ਦੀ ਨਿਰੰਕਾਰ ਦੀ ਬਣਾਇਆ ਮਾਇਆ ਵਿੱਚ ਭਜਣ ਤੋੜਨ ਲੱਗ ਪਏ ਉਹਦੇ ਨਾਲ ਨੱਚਣ ਲੱਗ ਪਏ ਹੁਣ ਬੜੇ ਧਿਆਨ ਨਾਲ ਸੁਣਿਓ ਪਹਿਲ ਪੁਰਸ਼ਾ ਬੇਰਾ ਮੈਂ થોੜਾ ਜਿਹਾ ਧਿਆਨ ਤੁਹਾਡਾ ਦਵਾ ਮੰਗਾ ਇਹਨੂੰ ਕਹਿੰਦੇ ਨੇ ਸੰਧੀ ਕਰਨੀ ਸੰਧੀ ਦਾ ਮਤਲਬ ਹੁੰਦਾ ਹੈ ਮਲਾਪ ਕਰਨਾ ਕਈ ਤਰ੍ਹਾਂ ਦੇ ਸ਼ਬਦਾਂ ਦੀ ਸੰਧੀ ਹੁੰਦੀ ਹੈ ਪਰ ਮੈਂ ਸੰਖੇਪ ਜਿਹਾ ਅਰਥ ਕਰਾਂਗਾ ਕਈ ਸ਼ਬਦ ਐਸੇ ਨੇ ਜਿਹੜੇ ਆਪਣਾ ਰੂਪ ਬਟਾ ਲੈਂਦੇ ਨੇ ਜਦੋਂ ਸੰਧੀ ਕਰਦੇ ਨੇ ਜੁੜਦੇ ਨੇ ਇੱਕ ਦੂਜੇ ਨਾਲ ਤਾਂ ਆਪਣਾ ਰੂਪ ਬਟਾ ਲੈਂਦੇ ਨੇ ਜਿਵੇਂ ਭਰਮ ਆਤਮਾ ਦੋ ਵੱਖੋ ਵੱਖਰੇ ਸ਼ਬਦ ਨੇ ਪਰ ਜਦੋਂ ਇਕੱਠੇ ਹੋਏ ਤਿੰਨ ਆਪਣਾ ਰੂਪ ਬਟਾ ਲਿਆ ਸ਼ਬਦ ਕੀ ਬਣ ਗਿਆ ਪਰਮਾਤਮਾ ਸ਼ਬਦ ਬਣ ਗਿਆ ਪਰਮਾਤਮਾ ਬਦਲ ਗਿਆ ਹੁਣ ਕੁਝ ਸ਼ਬਦ ਐਸੇ ਨੇ ਜਿਹੜੇ ਆਪਣਾ ਨਾਂ ਵੀ ਰੱਖਦੇ ਨੇ ਇਕੱਠੇ ਵੀ ਹੋ ਜਾਂਦੇ ਨੇ ਪਰ ਆਪਣਾ ਅਰਥ ਨਹੀਂ ਕਉਂਦੇ ਰੂਪ ਨਹੀਂ ਬਦਲਾਉਂਦੇ ਜਿਵੇਂ ਗੁਰ ਸਿੱਖ ਗੁਰ ਵੀ ਇੱਕ ਸ਼ਬਦ ਹੈ ਸਿੱਖ ਵੀ ਇੱਕ ਸ਼ਬਦ ਹੈ ਇਕੱਠੇ ਵੀ ਹੋ ਗਏ ਪਰ ਫਿਰ ਵੀ ਗੁਰ ਸਿੱਖ ਆਪਣੇ ਆਪ ਚ ਸੰਧੀ ਰੱਖੀ ਅੰਪਾਰੀ ਤੌਰ ਤੇ ਸਰੂਪ ਹੋਈ ਹੈ ਇਸੇ ਤਰ੍ਹਾਂ ਪੁਰ ਸਾਬਰਾ ਇਹ ਦੋ ਸ਼ਬਦਾਂ ਦਾ ਮੇਲ ਹੈ ਪੁਰਸ਼ ਆਬਰਾ ਪੁਰਸ਼ ਦਾ ਮਤਲਬ ਹੈ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਨਰੰਕਾਰ ਆਬਰ ਦਾ ਮਤਲਬ ਹੁੰਦਾ ਪ੍ਰਗਟ ਹੋਣਾ ਪਹਿਲ ਪੁਰਸ਼ਾ ਬਿਰਾ ਸਭ ਤੋਂ ਪਹਿਲਾਂ ਰੱਬ ਪ੍ਰਗਟ ਹੋਇਆ ਹੁਣ ਇਹ ਗੱਲ ਮੰਦਰ ਵਾਲੇ ਨੂੰ ਕਿਵੇਂ ਚੰਗੀ ਲੱਗੇ ਹੁਣ ਇਹ ਗੱਲ ਧੱਕੇ ਮਾਰਨ ਵਾਲੇ ਨੂੰ ਕਿਵੇਂ ਚੰਗੀ ਲੱਗੇ ਉਹ ਤਾਂ ਕਹਿੰਦੇ ਹੀ ਨਹੀਂ ਪਹਿਲਾਂ ਰੱਬ ਪੈਦਾ ਹੋਇਆ ਉਹਨਾਂ ਦੀ ਸੋਚ ਤਾਂ ਰੱਬ ਤੱਕ ਹੈ ਹੀ ਨਹੀਂ ਗੁਰੂ ਨਾਨਕ ਸਾਹਿਬ ਦੀ ਕਿਉਂ ਬਾਣੀ ਦਰਜ ਕੀਤੀ ਉਹਨਾਂ ਦੀ ਗੁਰੂ ਨਾਨਕ ਸਾਹਿਬ ਦਾ ਖੁਦ ਦਾ ਵਿਚਾਰ ਕਿੰਨਾ ਪਿਆਰਾ ਹੈ ਰੋਜ ਆਸਾ ਕਿ ਬਾਣੀ ਪੜ੍ਹਦੇ ਹੋ ਆਪੀ ਨੇ ਆਪ ਸਾਜੀਓ ਪਹਿਲ ਪੁਰਸਾ ਮੇਰਾ ਪਹਿਲਾਂ ਪਹਿਲ ਤੂੰ ਆਪਣੇ ਆਪ ਨੂੰ ਆਪ ਪ੍ਰਗਟ ਕੀਤਾ ਨਾਮਦੇਵ ਜੀ ਵੀ ਉਹੀ ਕਹਿ ਰਹੇ ਨੇ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਪਹਿਲ ਪੁਰਸਾ ਮੇਰਾ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਆਪੀ ਨੇ ਆਪ ਸਾਜੀਓ ਆਪੀ ਨੇ ਰਚਿਓ ਨਾਉ ਕਬੀਰ ਸਾਹਿਬ ਕਹਿ ਰਹੇ ਨੇ ਕਹਿੰਦੇ ਮੈਂ ਤੇ ਆਪਣੇ ਉਸ ਰੱਬ ਨੂੰ ਮੰਨਦਾ ਹਾਂ ਕਬੀਰ ਕੋ ਠਾਕੁਰ ਐਸੋ ਸੁਆਮੀ ਜਾਂਕੇ ਮਾਈ ਨਾ ਬਾਪੋ ਰੇ ਕਹਿੰਦੇ ਮੇਰਾ ਮਾਲਕ ਤਾਂ ਉਹ ਹੈ ਜਿਹਦਾ ਮਾਂ ਬਾਪ ਕੋਈ ਨਹੀਂ ਜਿਹਨੂੰ ਕਿਸੇ ਨੇ ਜੰਮਿਆ ਨਹੀਂ ਹੈ ਉਹ ਆਪਣੇ ਆਪ ਪ੍ਰਗਟ ਹੋਇਆ ਆਪਣੇ ਆਪ ਤੋਂ ਪ੍ਰਗਟ ਹੋਇਆ ਤੋ ਨਾਮਦੇਵ ਜੀ ਕਿੱਡੀ ਪਿਆਰੀ ਵਿਚਾਰ ਬਖਸ਼ਿਸ਼ ਕਰ ਰਹੇ ਨੇ ਪਹਿਲ ਪੁਰ ਸਾਬੇਰਾ ਸਭ ਤੋਂ ਪਹਿਲਾਂ ਪਹਿਲ ਪਹਿਲੇ ਨੰਬਰ ਤੇ ਮੈਂ ਫੇਰ ਰੁਕਣ ਲੱਗਾ ਹਾਂ ਗਿਣਤੀ ਦੇ ਤਿੰਨ ਪੱਖ ਚਾਰ ਪੱਖ ਹੁੰਦੇ ਨੇ ਗਿਣਤੀ ਦੇ ਚਾਰ ਪੱਖ ਹੁੰਦੇ ਨੇ ਹਾਲਾਂਕਿ ਤੁਸੀਂ ਆਪਾਂ ਰੋਜ਼ ਕਹਿੰਦੇ ਆ ਜੇ ਮੈਂ ਗਿਣਾਂਗਾ 1 2 3 ਇਹ ਗਿਣਤੀ ਹੈ ਜੇ ਮੈਂ ਕਹਾਂਗਾ ਪਹਿਲਾ ਦੂਜਾ ਤੀਜਾ ਇਹ ਗਿਣਤੀ ਹੈ ਪਰ ਇਹ ਦਰਜਾ ਹੈ ਇਹ ਗਿਣਤੀ ਨਾਲ ਨਾਲ ਦਰਜਾ ਹੈ ਵੀ ਇਹ ਪਹਿਲੇ ਦਰਜੇ ਤੇ ਹੈ ਦੂਜੇ ਦਰਜੇ ਤੇ ਅਸੀਂ ਪਹਿਲਾ ਉਦੋਂ ਵਰਤਦੇ ਹਾਂ ਜਦੋਂ ਦਰਜਾ ਦੇਣਾ ਹੋਵੇ ਕਿਸੇ ਨੂੰ ਗੁਰਬਾਣੀ ਵਿੱਚ ਸ਼ੋਰਠ ਮਹਿਲਾ ਪਹਿਲਾ ਉੱਥੇ ਇੱਕ ਨਹੀਂ ਹੈ ਪਹਿਲਾ ਦਾ ਮਤਲਬ ਹੈ ਦਰਜੇ ਦੀ ਗੱਲ ਹੈ ਜੇ ਪਹਿਲਾ ਪਹਿਲੇ ਨੂੰ ਯਾਤਾ ਸੰਬੋਧਨ ਕਰਨਾ ਹੋਵੇ ਜਾਂ ਬਹੁਵਚਨ ਬਣਾਉਣਾ ਹੋਵੇ ਫਿਰ ਪਹਿਲਾ ਦਾ ਬਣ ਗਿਆ ਪਹਿਲੇ 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 ਦਾ ਮਤਲਬ ਹੈ ਵੀ ਪਹਿਲੇ ਦਰਜੇ ਵਾਲਾ ਬੰਦਾ ਦੂਜੀ ਗੱਲ ਇਹ ਜਿਹੜੇ ਪਹਿਲੇ ਦਰਜੇ ਵਾਲੇ ਨੇ ਇਹ ਇਹਨੂੰ ਸਮੋਧਨ ਬਣਾਈਏ ਪਹਿਲੇ ਬੰਦੇ ਤੋਂ ਗੱਲ ਸ਼ੁਰੂ ਕਰੋ ਬੰਦਾ ਇੱਕੋ ਹੀ ਹੈ ਪਰ ਉਹ ਦਰਜੇ ਦੇ ਵਿੱਚ ਬਹੁ ਬਚਨ ਬਣ ਗਿਆ ਮੈਂ ਸੰਖੇਪ ਵਿੱਚ ਰੱਖਾਂ ਗੱਲ ਸਿਰਫ ਇਨੀ ਕੁ ਪਹਿਲ ਇਹਦਾ ਚੌਥਾ ਪੱਖ ਹੈ ਨੰਬਰ 1 ਤਾਂ 1 2 3 ਇਹ ਗਿਣਤੀ ਹੈ ਨੰਬਰ ਤੋਂ ਪਹਿਲਾ ਦੂਜਾ ਤੀਜਾ ਇਹ ਦਰਜ ਹੈ ਨੰਬਰ 3 ਪਹਿਲੇ ਇਹ ਬਹੁਵਚਨ ਹੈ ਜਾਂ ਸੰਬੋਧਨ ਹੈ ਨੰਬਰ 4 ਗੱਲ ਨੂੰ ਪੱਕੜੋ ਵਿੱਚ ਰੱਖਿਓ ਪਹਿਲਾਂ ਹੈ ਤਾਂ ਹੀ ਗਿਣਤੀ ਹੈ ਪਰ ਇਹ ਸਮੇ ਨੂੰ ਵੀ ਦੱਸਦੀ ਹੈ ਪਹਿਲਾਂ ਸਭ ਤੋਂ ਪਹਿਲਾਂ ਇਹ ਹੈ ਗਿਣਤੀ ਹੈ ਪਰ ਸਭ ਨੂੰ ਪਿੱਛੇ ਕਰਕੇ ਸਭ ਤੋਂ ਪਹਿਲਾਂ ਇਸ ਸਮੇ ਨੂੰ ਦੱਸਦੀ ਹੈ ਵੀ ਜਦੋਂ ਸਮੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਕਿੱਥੋਂ ਹੋਈ ਗੁਰਬਾਣੀ ਦੀ ਵਿਚਾਰ ਬਹੁਤ ਗੰਭੀਰ ਹੈ ਪਹਿਲ ਪੁਰ ਸਾਬੇਰਾ ਸਭ ਤੋਂ ਪਹਿਲਾਂ ਕੌਣ ਪੈਦਾ ਹੋਇਆ ਰੱਬ ਇੱਕ ਬਚਨ ਹੋਰ ਗੁਰਬਾਣੀ ਦਾ ਕਹਿ ਕੇ ਮੈਂ ਗੱਲ ਅੱਗੇ ਤੋਰਨੀ ਹੈ ਸਹਿਵਾਕਦੇ ਨੇ ਕਹਿਣ ਲੱਗੇ ਸਾਚੇ ਤੇ ਪਵਨਾ ਭਇਆ ਤੁਸੀਂ ਵੱਧ ਪੜੇ ਲਿਖੋਏ ਹੋ ਸਾਰੇ ਬਹੁਤ ਜ਼ਿਆਦਾ ਜਾਣਕਾਰ ਹੋ ਤੇ ਸਾਇੰਸ ਜਿਹੜੀ ਉਹ ਅੱਜ ਇਹ ਸਪਸ਼ਟ ਕਰ ਰਹੀ ਹੈ ਵੀ ਕੁਝ ਗੈਸਸ ਜਨਦਾ ਹੋਈਆਂ ਉਹਨਾਂ ਦਾ ਮਲਾਪ ਹੋਇਆ ਉਹਨਾਂ ਦੇ ਰਿਐਕਸ਼ਨ ਪੈਦਾ ਹੋਏ ਤੇ ਇੱਕ ਇੱਥੇ ਬਹੁਤ ਵੱਡਾ ਬਲਾਸਟ ਹੋਇਆ ਜਿਹਨੂੰ ਬਿਗ ਬੈਂਗ ਕਹਿੰਦੇ ਆ ਗੁਰਮਤ ਕਹਿ ਰਹੀ ਹੈ ਵੀ ਉਹ ਗੈਸਾਂ ਕਿੱਥੋਂ ਆਈਆਂ ਗੁਰਮਤ ਨੇ ਮੰਨਿਆ ਉਹਨੇ ਰੱਬ ਦਾ ਨਾਉ ਨਹੀਂ ਦਿੱਤਾ ਉੱਥੇ ਸਾਚੇ ਤੇ ਸੱਚ ਤੋਂ ਉਤ ਤੁਸੀਂ ਕੋਈ ਨਾਂ ਰੱਖ ਲਓ ਰੱਬ ਰੱਖ ਲਓ ਵਾਇਗਰੂ ਰੱਖ ਲਓ ਅੱਲਾ ਰੱਖ ਲਓ ਗੋਡ ਰੱਖ ਲਓ ਕੋਈ ਸ਼ਬਦ ਰੱਖ ਲਓ ਆਰਾਮ ਰੱਖ ਲਓ ਰਹੀਮ ਰੱਖ ਲਓ ਮੈਨੂੰ ਇਸ ਚੱਕਰੇ ਚ ਪੈਂਦਾ ਹਜ਼ੂਰ ਕਹਿੰਦੇ ਸਾਚੇ ਤੇ ਪਵਨਾ ਪਿਆ ਸੱਚੇ ਤੋਂ ਸਭ ਕੁਝ ਹਵਾ ਪੈਦਾ ਹੋਈ ਪਵਨੇ ਤੇ ਜਲ ਹੋਏ ਫਿਰ ਪਾਣੀ ਪੈਦਾ ਹੋਇਆ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਰੇ ਭਵਨ ਸਾਜਿਆ ਜਲ ਵਿੱਚੋਂ ਜੀਵਾਂ ਦੀ ਪੈਦਾ ਹੋਈ ਹੈ ਢਾਰਬੰਦੀ ਥਿਉਰੀ ਲੰਮਾ ਸਮਾਂ ਚਲਦੀ ਰਹੀ ਹੈ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤੇਰੇ ਪਵਨ ਸਾਜਿਆ ਘਟ ਘਟ ਜੋਤ ਸਮੋਏ ਕਿੰਡ ਕੇ ਉਹੀ ਰੱਬ ਸਾਰਿਆਂ ਵਿੱਚ ਵੱਸਦਾ ਹੈ ਇਹ ਕੁਦਰਤ ਦੇ ਖਿਲਾਰੇ ਵਿੱਚੋਂ ਵੀ ਆਪਾਂ ਦੇਖ ਸਕਦੇ ਜਿਹੜਾ ਬੀਜ ਬੋਇਆ ਸਾਨੂੰ ਲੱਗਦਾ ਉਹ ਗਲ ਗਿਆ ਨਹੀਂ ਗਲਿਆ ਨਹੀਂ ਉਹ ਜੀਵ ਨੇ ਆਪਣੇ ਉਸ ਬੀਜ ਨੇ ਆਪਣੀ ਥਾਂ ਬਦਲ ਲਈ ਜਿਹੜਾ ਬੀਜ ਤੁਸੀਂ ਬੋਇਆ ਸੀ ਦਰਖਤ ਬਣ ਗਿਆ ਫਿਰ ਉਹਨੂੰ ਫਲ ਲੱਗਿਆ ਫਲ ਨੂੰ ਫੋਲ ਕੇ ਦੇ ਕੋਈ ਬੀਜ ਫੇਰ ਵਿੱਚ ਪਿਆ ਉਹ ਕੀ ਵਿਚ ਵਿਚ ਪਿਆ ਇਸੇ ਤਰ੍ਹਾਂ ਕੁਦਰਤ ਵਿੱਚ ਰੱਬ ਨੇ ਕੁਦਰਤ ਦਾ ਰੂਪ ਬਣਾਇਆ ਤੇ ਕੁਦਰਤ ਨੂੰ ਫੋਲ ਕੇ ਦੇਖੋ ਵਿੱਚ ਰੱਬ ਫਿਰ ਬੈਠਾ ਹੈ ਵਿੱਚ ਰੱਬ ਫਿਰ ਬੈਠਾ ਹੋਇਆ ਉਹ ਤੋਂ ਵੱਖਰਾ ਨਹੀਂ ਹੈ ਸਾਇਬ ਕਿਰਪਾ ਕਰਦੇ ਨੇ ਪਹਿਲ ਪੁਰਸਾ ਬੇਰਾ ਅਥੋਂ ਅਥੋਂ ਦਾ ਅਰਥ ਉਹ ਤੋਂ ਪਿੱਛੋਂ ਰੱਬ ਦੇ ਪੈਦਾ ਹੋਣ ਤੋਂ ਪਿੱਛੋਂ ਫਿਰ ਕੀ ਹੋਇਆ ਪੁਰਸਾਦ ਅਮਰਾ ਪੁਰਸ਼ ਤੋਂ ਬਾਅਦ ਉਸ ਤੋਂ ਬਾਅਦ ਵਿੱਚ ਮਾਇਆ ਪੈਦਾ ਹੋਈ। ਪ੍ਰਸਾਦ ਅਮਰਾ ਪ੍ਰਸਾਦ ਅਮਰਾ ਦਾ ਅਰਥ ਹੈ ਵੀ ਮਾਇਆ ਕੁਦਰਤ ਪੈਦਾ ਹੋਈ। ਰੱਬ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੈਦਾ ਕੀਤਾ। ਫਿਰ ਉਸ ਤੋਂ ਬਾਅਦ ਵਿੱਚ ਕੁਦਰਤ ਪੈਦਾ ਹੋਈ। ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ 나ਉ ਦੋਈ ਕੁਦਰਤ ਸਾਜੀ ਹੈ। ਗੁਰੂ ਨਾਨਕ ਸਾਹਿਬ ਤੇ ਨਾਮਦੇਵ ਜੀ ਦੀ ਵਿਚਾਰਧਾਰਾ ਵਿੱਚ ਰਤੀ ਮਤਰੰਤ ਨਹੀਂ। ਜੇ ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਰਾਈਆ ਕਿਆ ਤਾਂ ਨਾਮਦੇਵ ਜੀ ਨੂੰ ਕਿਉਂ ਨਾਮੰਦਰ ਚ ਧੱਕੇ ਮਾਰਦੇ ਕਿਉਂਕਿ ਵਿਚਾਰਧਾਰਾ ਤੇ ਦੋਨਾਂ ਦੀ ਕੋਈ ਹੈ ਅਸ ਕਾ ਅਸ ਉਸ ਕਾ ਅਸ ਕਾ ਇਸ ਦਾ ਅਸ ਦਾ ਅਰਥ ਹੈ ਅਤੇ ਅਸ ਕਾ ਅਸ ਉਸ ਕਾ ਇਸ ਦਾ ਅਤੇ ਉਸ ਦਾ ਉਸ ਕਾ ਦਾ ਅਰਥ ਹੁੰਦਾ ਉਸ ਦਾ ਰੱਬ ਦਾ ਅਤੇ ਕੁਦਰਤ ਦਾ ਮਲਾਪ ਹੋ ਗਿਆ ਰੱਬ ਦਾ ਅਤੇ ਕੁਦਰਤ ਦਾ ਮਲਾਪ ਹੋ ਗਿਆ ਕੁਦਰਤ ਵਿੱਚ ਹੀ ਕਾਦਰ ਵਸਦਾ ਹੈ ਇਹ ਗੱਲ ਚੇਤਾ ਰੱਖਣ ਦੀ ਲੋੜ ਹੈ ਕਿੱਡੇ ਭਰਮ ਕੁਰਬਾਨੀ ਦਾ ਇੱਕ ਇੱਕ ਸ਼ਬਦ ਸਾਨੂੰ ਬਹੁਤ ਨੇੜੇ ਲੈ ਜਾਂਦਾ ਸੱਚ ਦੇ ਸਤਗੁਰੂ ਕਿਰਪਾ ਕਰਦੇ ਨੇ ਵੀ ਤੈਨੂੰ ਜੰਗਲਾਂ 'ਚ ਭਟਕਣ ਦੀ ਲੋੜ ਨਹੀਂ ਕੁਦਰਤ ਦੇ ਹਰ ਜ਼ਰੇ ਵਿੱਚ ਕਾਦਰ ਹੈ ਸਿਰਫ ਤੂੰ ਲੱਭਣ ਦੀ ਕੋਸ਼ਿਸ਼ ਕਰ ਗੁਰੂ ਨੂੰ ਪੁੱਛ ਕੇ ਦੇਖਣ ਦੀ ਕੋਸ਼ਿਸ਼ ਕਰ ਹਰ ਕਾ ਬਾਗਰਾ ਨੱਚੇ ਪਿੰਦੀ ਮੇ ਸਾਗਰਾ ਕਹਿੰਦੇ ਤਾਂ ਹਰੀ ਦਾ ਬਾਗ ਹੈ ਤੇ ਇਹ ਜੀਵ ਇਵੇਂ ਨੱਚਦੇ ਨੇ ਜਿਵੇਂ ਟਿੰਡਾਂ ਦਾ ਪਾਣੀ ਹੁੰਦਾ ਉਹਦੇ ਵਿੱਚੋਂ ਪਾਣੀ ਆਉਂਦਾ ਚਲਾ ਜਾਂਦਾ ਨੱਚਾਂਤੀ ਗੋਪੀ ਜਨਾ ਗੋਪੀ ਜਨਾ ਇਸਤਰੀਆਂ ਅਤੇ ਪੁਰਸ਼ ਇਹ ਮੰਨੋ ਰੱਬ ਦੀਆਂ ਗੋਪੀਆਂ ਨੇ ਨੱਚ ਰਹੀਆਂ ਨੇ ਸਤਿਗੁਰੂ ਕਿਰਪਾ ਕਰਦੇ ਨੱਚਾਂਤੀ ਨੱਚ ਰਹੀਆਂ ਨੇ ਇਸ ਸੰਸਾਰ ਜਿਹੜਾ ਇਸਤਰੀ ਤੇ ਮਰਦ ਅਸੀਂ ਵੰਡ ਪਾਈ ਹੋਈ ਹੈ ਪਰ ਰੱਬ ਦੀਆਂ ਸਾਰੀਆਂ ਇਹ ਜੀਵ ਇਸਤਰੀਆਂ ਨੱਚ ਨਹੀਂ ਜਾਂਨੇ ਨਈਆ ਤੇ ਬਹਿਰੇ ਕਨਾ ਨਈਆ ਦਾ ਮਤਲਬ ਹੁੰਦਾ ਨਾਇਕ ਮਾਲਕ ਜਿਨੇ ਸੰਸਾਰ ਦੀ ਰਚਨਾ ਰਚੀ ਹੈ ਤੇ ਬਹਿਰੇ ਕਨਾ ਤੇ ਦਾ ਅਰਥ ਹੁੰਦਾ ਤੋਂ ਬਹਿਰੇ ਵੱਖਰਾ ਨਈਆ ਤੇ ਬਹਿਰੇ ਕਨਾ ਅ ਰੱਬ ਨਾਇਕ ਮਾਲਕ اپنی ਕਿਰਤ ਤੋਂ ਵੱਖਰਾ ਨਹੀਂ ਫਿਰ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਲੈ ਕੇ ਜਾਣਾ ਚਾਹੁੰਦਾ ਕਰੋ ਕਿਰਪਾ ਸ਼ਬਦ ਪੜ ਦਿਓ ਮੂਲ ਮੰਤਰ ੴ ਸਤਿਨਾਮ ਅੱਗੇ ਸ਼ਬਦ ਕੀ ਹੈ ਕਰਤਾ ਪੁਰਖ ਇਹ ਸ਼ਬਦ ਕੇਵਲ ਰੱਬ ਨਾਲ ਜੁੜਦਾ ਹੈ ਅਕਾਲ ਉਸਤਤ ਹਾਰਤ ਹੁੰਦਾ ਹੈ ਵੀ ਜਿਹੜੇ ਸ਼ਬਦ ਤੁਸੀਂ ਆਕਾਰ ਦੀ ਉਸਤਤ ਵਿੱਚ ਵਰਤੇ ਨੇ ਉਹ ਹੋਰ ਕਿਤੇ ਵੀ ਨਹੀਂ ਵਰਤੇ ਕਿਉਂਕਿ ਉਹਦੇ ਵਰਗਾ ਕੋਈ ਹੈ ਹੀ ਨਹੀਂ ਉਹਦੇ ਵਰਗਾ ਹੋਵੇ ਤੇ ਉਹ ਸ਼ਬਦ ਕਿਸੇ ਉਹ ਦੂਜੇ ਨਾਲ ਟੁਕਦਾ ਹੋਵੇ ਨਾ ਉਹਦੇ ਵਰਗਾ ਤਾਂ ਉਹੀ ਹੈ ਹੁਣ ਕਰਤਾ ਦੁਨੀਆ ਦੇ ਵਿੱਚ ਕਰਤੇ ਬਹੁਤ ਨੇ ਪਰ ਹਰ ਕਰਤੇ ਨੂੰ ਆਪਣੀ ਕਿਰਤ ਤੋਂ ਵਿਛੋੜਾ ਪਾਉਣਾ ਪੈਂਦਾ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਜੇ ਇਹਨਾਂ ਦੀ ਕੀਟ ਲਈ ਇੱਕ ਇੱਕ ਕੀਟ ਲਈ ਇੱਕ ਇੱਕ ਪੈਸਾ ਲਾਇਆ ਉਹ ਇਸ ਕਿਰਤ ਤੋਂ ਇੱਕ ਦਿਨ ਵਿਛੜ ਜਾਂਦੇ ਨੇ ਦੁਨੀਆਂ ਦੀ ਕੋਈ ਕਿਰਤ ਲਾ ਲਓ ਕੋਈ ਵੀ ਕਿਰਤ ਲਾ ਲਓ ਸਮਾ ਪਾ ਕੇ ਉਹ ਵਿਛੜ ਜਾਏਗੀ ਕੋਈ ਬੰਦਾ ਫਰਨੀਚਰ ਬਣਾਉਂਦਾ ਉਹ ਜਦੋਂ ਫਰਨੀਚਰ ਤਿਆਰ ਹੋ ਗਿਆ ਵਿਛੋੜਾ ਲਾਜ਼ਮੀ ਹੈ ਕਿਰਤ ਨੇ ਪਤਾ ਨਹੀਂ ਕਿਹਦੇ ਘਰ ਦਾ ਸ਼ਿੰਗਾਰ ਬਣ ਜਾਣਾ ਕਰਤਾ ਫਿਰ ਅਗਲੀ ਕਿਰਤ ਨੂੰ ਸਵਾਰਨ ਲੱਗ ਪੈਂਦਾ ਇੱਕ ਕੱਲਾ ਰੱਬ ਹੈ ਜਿਹੜਾ ਕਦੇ ਆਪਣੀ ਕਿਰਤ ਤੋਂ ਵਿਛੋੜਾ ਨਹੀਂ ਪਾਉਂਦਾ ਇਹ ਕੁਦਰਤ ਜਿਹੜੀ ਆ ਰੱਬ ਦੀ ਕਿਰਤ ਹੈ ਤੇ ਰੱਬ ਤੇ ਕੁਦਰਤ ਵੱਖਰੇ ਵੱਖਰੇ ਨਹੀਂ ਹੈ ਇਹਦੇ ਵਿੱਚ ਵਸਿਆ ਹੋਇਆ ਤਾਂ ਹੀ ਤਾਂ ਆਪਾਂ ਉਸ ਰੱਬ ਅਕੇ ਹੀ ਅਰਦਾਸ ਕਰਨੇ ਗੁਰਮਤ ਸਿਖਾਉਂਦੀ ਹੈ ਵੀ ਜਿਹਦੀ ਇਹ ਕਿਰਤ ਹੈ ਤੂੰ ਉਸ ਨੂੰ ਕਹਿ ਉਹ ਵਿੱਚ ਵਸਿਆ ਹੋਇਆ ਆਪੇ ਠੀਕ ਕਰ ਦੇਗਾ ਜੇ ਤੈਨੂੰ ਕੋਈ ਦੁੱਖ ਰੋਗ ਤਕਲੀਫ ਹੈ ਤੇ ਉਸ ਰੱਬ ਅਕੇ ਬੇਨਤੀ ਕਰ ਹੁਣ ਦੇਖੋ ਕੈਸੀ ਪਿਆਰੀ ਬਚਨ ਨੇ ਨਈਅਤ ਤੇ ਬੈਰੇ ਕਨਾ ਕਿਸ ਰੱਬ ਤੋਂ ਬਿਨਾ ਸੰਸਾਰ ਵਿੱਚ ਹੋਰ ਕੋਈ ਨਹੀਂ ਤਰਕ ਨਾ ਚਾ ਇਸ ਗੱਲ ਤੇ ਕਦੇ ਤਰਕ ਨਾ ਕਰੀ ਇਸ ਗੱਲ ਤੇ ਕਦੇ ਤਰਕ ਨਾ ਕਰੀ ਕਿ ਇਹ ਕੁਦਰਤ ਵਿੱਚ ਰੱਬ ਨਹੀਂ ਹੈ ਰੱਬ ਕਿਸੇ ਧਾਰਮਿਕ ਸਥਾਨਾਂ ਤੇ ਕੈਦ ਨਹੀਂ ਹੈ ਰੱਬ ਤੇ ਜ਼ਰੇ ਜ਼ਰੇ ਵਿੱਚ ਵੱਸਦਾ ਹੈ ਉਹ ਸ਼ੂਦਰ ਚ ਵੀ ਵੱਸਦਾ ਹੈ ਉਹ ਬ੍ਰਹਮਣ ਚ ਵੀ ਵੱਸਦਾ ਹੈ ਉਹ ਜੈਨੀ ਚ ਵੀ ਵੱਸਦਾ ਹੈ ਉਹ ਬੋਧੀ ਚ ਵੀ ਵੱਸਦਾ ਹੈ ਉਹ ਕੁਦਰਤ ਵਿੱਚ ਵੀ ਵੱਸਦਾ ਹੈ ਉਹ ਬਨਸਪਤੀ ਵਿੱਚ ਵੀ ਵੱਸਦਾ ਫੁੱਲ ਚ ਵੀ ਵੱਸਦਾ ਕਿਦਰ ਕੋਈ ਪੱਖ ਲੈ ਲੋ ਤਰਕ ਨਾ ਚਾਹ ਇਸ ਗੱਲ ਤੇ ਤਰਕ ਨਾ ਕਰ ਇਸ ਗੱਲ ਤੇ ਭਰਮ ਨਾ ਕਰ ਪਰਮੀਆਂ ਚ ਇਸ ਗੱਲ ਨੂੰ ਭਰਮ ਨੂੰ ਦੂਰ ਕਰ ਇਹ ਭਰਮ ਨੂੰ ਦੂਰ ਕਰ ਕਿ ਕੁਦਰਤ ਵਿੱਚ ਕਦਰ ਨਹੀਂ ਹੈ ਕੁਦਰਤ ਵਿੱਚ ਹੀ ਕਦਰ ਹੈ ਕੇਸ਼ਵ ਬਚਾਉਣੀ ਅਈਏ ਮਈਏ ਏਕ ਆਨ ਜਿਓ ਕੇਸ਼ਵ ਬਚੌਨੀ ਕੇਸ਼ਵ ਦੇ ਬਚਨ ਬਚੌਨੀ ਦਾ ਅਰਥ ਹੁੰਦਾ ਬਚਨ ਇਹ ਰੱਬ ਦੇ ਪਵਿੱਤਰ ਬੋਲ ਨੇ ਸਤਿਗੁਰੂ ਨੇ ਕਿਰਪਾ ਕੀਤੀ ਅਈਏ ਮਈਏ ਏਕ ਆਨ ਜਿਓ ਅਈਏ ਦਾ ਅਰਥ ਹੁੰਦਾ ਇਸਤਰੀ ਮਈਏ ਦਾ ਅਰਥ ਹੁੰਦਾ ਭਾਵ ਮਨੁੱਖ ਅਈਏ ਮਈਏ ਏਕ ਆਨ ਜਿਓ ਇਸਤਰੀ ਤੇ ਪੁਰਚ ਸਾਰੇ ਹੀ ਉਹ ਪਰਮੇਸ਼ਰ ਦੇ ਬਣਾਏ ਹੋਏ ਨੇ ਤੇ ਇਹਨਾਂ ਵਿੱਚੋਂ ਆਪ ਹੀ ਬੋਲ ਰਿਹਾ ਹੈ ਪਿੰਦੀ ਉਬ ਕਲੇ ਸੰਸਾਰਾ ਪਿੰਦੀ ਦਾ ਅਰਥ ਹੁੰਦਾ ਡੁਬਕੀਆਂ ਉਪਕਲੇ ਦਾ ਅਰਥ ਹੁੰਦਾ ਡੁਬਕੀਆਂ ਖਾਣੀਆਂ ਪਿੰਦੀ ਆਪਾਂ ਪਿੱਛੇ ਅਰਥ ਕਰ ਬੈਠੇ ਹਾਂ ਟਿੰਡ ਇਹ ਜਿਵੇਂ ਟਿੰਡਾਂ ਵਿੱਚ ਭਾਂਡਿਆਂ ਚ ਪਾਣੀ ਤੁਰਿਆ ਫਿਰਦਾ ਨਾ ਇਵੇਂ ਹੀ ਸਾਰੇ ਸੰਸਾਰ ਵਿੱਚ ਰਬੀ ਤੁਰਿਆ ਫਿਰਦਾ ਹੈ ਪਰਮੇਸ਼ਰ ਹੀ ਤੁਰਿਆ ਫਿਰਦਾ ਹੈ ਉਹਦੀ ਸਤਿਆਂ ਨਾਲ ਹੀ ਸਾਰਾ ਸੰਸਾਰ ਚੱਲਿਆ ਭਰਮ ਭਰਮ ਆਈ ਤੁਮ ਚੇ ਦਵਾਰਾ ਮੈਂ ਪਟਕ ਪਟਕ ਕੇ ਤੇਰੇ ਦਰ ਤੇ ਆਇਆ ਕਿ ਕਾਦੇ ਵਾਸਤੇ ਆਇਆ ਮੈਂ ਤੇਰੀ ਚਰਨਾਂ ਵਿੱਚ ਤਾਂ ਕਿਉਂਕਿ ਮੈਨੂੰ ਪਤਾ ਲੱਗ ਗਿਆ ਵੀ ਕੁਦਰਤ ਦਾ ਮਾਲਕ ਕਾਦਰ ਹੈ ਤੂੰ ਕੁੰਨ ਰੇ ਦੇਖੋ ਕੈਸੀ ਕਮਾਲ ਦੀ ਗੱਲ ਹੈ ਕਿ ਰੱਬ ਨਾਮਦੇਵ ਨੂੰ ਸਵਾਲ ਕਰ ਸਕਦਾ ਹੈ ਵੀ ਤੂੰ ਕੌਣ ਹੈ ਕਿਉਂਕਿ ਰੱਬ ਨੂੰ ਨਹੀਂ ਪਤਾ ਉਹਦੀ ਕਿਰਤ ਹੈ ਪਰ ਉਹਨੇ ਕੀਤਾ ਉਹਨੇ ਕੀਤਾ ਕਿਉਂ ਕੀਤਾ ਇਸ ਲਈ ਵੀ ਕੀ ਬੋਲਦਾ ਹੁਣ ਦੇਖੋ ਤੁਸੀਂ ਬੰਦਾ ਕੀ ਬੋਲਦਾ ਹੈ ਬਹੁਤ ਘੱਟ ਲੋਕ ਨੇ ਜਿਹੜੇ ਸਪਸ਼ਟ ਬੋਲ ਪਾਉਂਦੇ ਨੇ ਨਹੀਂ ਤੇ ਕਿਸੇ ਨੂੰ ਪੁੱਛੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਨੇ ਪੁੱਛਿਆ ਸੀ ਵੀ ਤੂੰ ਕੌਣ ਹੈ ਉਹ ਕਹਿੰਦਾ ਬੰਦਾ ਉਹਨੇ ਇਹ ਨਹੀਂ ਕਿਹਾ ਮੈਂ ਬਿਰਾਗੀ ਹਾਂ ਉਹਨੇ ਇਹ ਨਹੀਂ ਕਿਹਾ ਮੈਂ ਢੇਰੇਦਾਰ ਹਾਂ ਉਹਨੇ ਇਹ ਨਹੀਂ ਕਿਹਾ ਮੈਂ ਬਹੁਤ ਵੱਡਾ ਸੰਤ ਹੈ ਬਿਲਕੁਲ ਨਹੀਂ ਉਹਨੇ ਅਖੇ ਮੈਂ ਬੰਦਾ ਜਦੋਂ ਵੀ ਕਦੇ ਬੋਲੀਏ ਉਦੋਂ ਸਾਡੀ ਆਵਾਜ਼ ਕੀ ਹੁੰਦੀ ਹੈ ਨਿੱਕੀ ਜਿਹੀ ਉਦਾਹਰਨ ਹੋਰਦੀ ਹੈ ਸਮਾਂ ਬਹੁਤ ਹੋ ਗਿਆ ਇੱਕ ਫਕੀਰ ਸੀ ਉਹਦੇ ਬੂਹੇ ਤੇ ਕੋਈ ਗਿਆ ਸੇਵਾ ਕਰਨ ਵਾਸਤੇ ਉਹਨੇ ਆਖਿਆ ਵੀ ਮੇਰਾ ਨਾਮ ਇਹ ਐ ਸਾਰਾ ਕੁਝ ਦੱਸਿਆ ਉਹਨੇ ਆਖਿਆ ਵੀ ਲੱਕੜਾਂ ਲੈ ਆ ਥੋੜੀਆਂ ਮੈਨੂੰ ਲੋੜ ਐ ਉਹ ਲੱਕੜਾਂ ਲੈਣ ਚਲਾ ਗਿਆ ਆਉਂਦੇ ਨੂੰ ਫਕੀਰ ਨੇ ਦਰਵਾਜ਼ਾ ਬੰਦ ਕਰ ਲਿਆ ਜਦੋਂ ਦਰਵਾਜ਼ਾ ਬੰਦ ਕੀਤਾ ਉਹਨੇ ਆ ਕੇ ਦਰਵਾਜ਼ਾ ਖੜਕਾਇਆ ਅੰਦਰੋਂ ਫਕੀਰ ਬੋਲਿਆ ਕੌਣ ਕਹਿਣ ਲੱਗਿਆ ਬਾਬਾ ਜੀ ਕਮਾਲ ਐ ਮੈਂ ਤੁਹਾਡਾ ਸੇਵਾਦਾਰ ਮੈਂ ਫਲਾਣਾ ਐਡਾ ਸਾਰਿਆਂ ਤੋਂ ਮੁਖੀ ਉਹ ਮੁੜ ਕੇ ਬਦੀਰੀ ਬਾਰੀ ਦਰਵਾਜਾ ਖੜਕਾਉਂਦਾ ਰਿਹਾ ਅੰਦਰੋਂ ਆਵਾਜ਼ ਨਹੀਂ ਆਈ ਉਹਨੇ ਜਦੋਂ ਫਿਰ ਕਿਸੇ ਔਰ ਫਕੀਰ ਕੋਲ ਗਿਆ ਤੇ ਉਹਨੇ ਜਾ ਕੇ ਪੁੱਛਿਆ ਵੀ ਇਹਨੇ ਦਰਵਾਜਾ ਕਿਉਂ ਬੰਦ ਕੀਤਾ ਕਹਿਣ ਲੱਗੇ ਇਹ ਨਾ ਕਹਿ ਵੀ ਮੈਂ ਉਹ ਫਲਾਣਾ ਕਹਿ ਮੈਂ ਤਾਂ ਦਾਸ ਐ ਜਦੋਂ ਉਹ ਖੁੱਲ ਗਿਆ ਜਦੋਂ ਬੰਦਾ ਆਪਣੀ ਬੋਲੀ ਬੋਲਦਾ ਹੈ ਹੰਕਾਰ ਦੀ ਬੋਲੀ ਬੋਲਦਾ ਹੈ ਰੱਬੀ ਰਹਿਮਤ ਦਾ ਦਰਵਾਜਾ ਬੰਦ ਹੋ ਜਾਂਦਾ ਹੈ ਸਤਗੁਰੂ ਆਖਦੇ ਨੇ ਨਾਮਦੇਵ ਜੀ ਨੂੰ ਪੁੱਛਿਆ ਤੂੰ ਕੌਣ ਹੈ ਹੁਣ ਉਹ ਜਵਾਬ ਦਿੰਦੇ ਜੀ ਮੈਂ ਜੀ ਮੈਨੂੰ ਪੁੱਛਦੇ ਹੋ ਜੀ ਮੇਰੀ ਪਹਿਚਾਨ ਪੁੱਛਦੇ ਹੋ ਮੈਂ ਕੌਣ ਐ ਹਾਂਜੀ ਨਾਮਾ ਇਹ ਨਹੀਂ ਆ ਕਿ ਮੈਂ ਭਗਤ ਨਾਮਦੇਵ ਮੈਂ ਛੱਕੇ ਛੜਾਤੇ ਉਹ ਨਾ ਬ੍ਰਹਮਣਾਂ ਦੇ ਮੇਰੇ ਨਾਲ ਤੁਸੀਂ ਗੱਲ ਕਰਦੇ ਨਹੀਂ ਬਿਲਕੁਲ ਨਿਮਰਤਾ ਭਾਵਨਾ ਨਾਲ ਨਾਮਾ ਮੈਨੂੰ ਤੇ ਲੋਕ ਨਾਮਾ ਕਹਿੰਦੇ ਨੇ ਨਾਮਦੇਵ ਵੀ ਕੋਈ ਨਹੀਂ ਕਹਿੰਦਾ ਗਰੀਬ ਦਾ ਨਾਂ ਨਹੀਂ ਉਹ ਤੇ ਲੈਂਦੇ ਉਹਦੇ ਵਧੀਆ ਟੰਗ ਨਾਲ ਹੋ ਜੀ ਹਾਂਜੀ ਮੈਂ ਉਹੀ ਰੱਬਾ ਤੇਰਾ ਬਣਾਇਆ ਹੋਇਆ ਨਾਮਾ ਅੱਲਾ ਤੈਨ ਮਾਰਨਾ ਜਮ ਕਰਨਾ ਰੱਬ ਨੇ ਪੁੱਛਿਆ ਤੂੰ ਮੇਰੇ ਦਰ ਤੇ ਕਿਉਂ ਆਇਆ ਕਹਿਣ ਲੱਗੇ ਮੈਂ ਇਸ ਲਈ ਆਇਆ ਤੇਰੇ ਇਸ ਜਗਤ ਦੇ ਜੰਜਾਲ ਵਿੱਚੋਂ ਮੈਨੂੰ ਮੁਕਤ ਕਰ ਮੈਂ ਇਹਦੇ ਵਿੱਚੋਂ ਮੁਕਤੀ ਚਾਹੁੰਦਾ ਜਮ ਤੋਂ ਬਚਣਾ ਚਾਹੁੰਦਾ ਤੂੰ ਕਿਰਪਾ ਕਰ ਮੈਨੂੰ ਆਪਣੇ ਚਰਨਾਂ ਵਿੱਚ ਛੋੜ ਮੈਂ ਤੇਰੇ ਚਰਨਾਂ ਵਿੱਚ ਛੋੜਨਾ ਚਾਹੁੰਦਾ ਉਸ ਵੇਲੇ ਭਗਤ ਨਾਮ ਜੀਵ ਜੀ ਨੂੰ ਰੱਬ ਨੇ ਆਪਣਾ ਰੂਪ ਬਣਾ ਲਿਆ ਅੰਦਰ ਵਸਦਾ ਸੀ ਰੱਬ ਉਹਨਾਂ ਦੀ ਦਿੱਤੀ ਹੋਈ ਸੱਚ ਬੋਲ ਅੱਜ ਵੀ ਸਨੋਗਵਾਈ ਦਿੰਦੇ ਨੇ ਆਓ ਪਿਆਰਿਓ ਗੁਰੂ ਚਰਨਾਂ ਵਿੱਚ ਜੁੜ ਕੇ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਸ ਕੱਲ ਚ ਕੋਈ ਦੋ ਰਾਮਾ ਨਹੀਂ ਜਦੋਂ ਵੀ ਸੱਚ ਦੇ ਪੰਦੀ ਬਣਨਾ ਹੈ ਕੂੜਿਆਰਾਂ ਨੇ ਤੁਹਾਡੇ ਤੇ ਬਹੁਤ ਤਸ਼ੱਦਦ ਕਰਨਾ ਹੈ ਜਿਵੇਂ ਪੰਜਾਬ ਦੀ ਧਰਤੀ ਤੇ ਹੁੰਦਾ ਹੈ ਅੱਜ ਵੀ ਅਮਰਤਪਾਲ ਸਿੰਘ ਹੋਰਾਂ ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੱਚ ਦੇ ਪੰਦੀ ਨੂੰ ਕੂੜ ਦੇ ਬਣ ਜਾ ਰਿਆ ਨੇ ਅਨੇਕਾਂ ਬਾਰੀ ਕਸ਼ਟ ਤੇ ਤਸ਼ੱਦਦ ਦੇਣੇ ਨੇ ਪਰ ਗੁਰੂ ਕਿਰਪਾ ਕਰੇ ਰਬੀ ਪ੍ਰਭੂ ਸੇਤੇ ਤੁਰੇ ਹੋਏ ਆਪਣੀਆਂ ਮੰਜ਼ਲਾਂ ਨੂੰ ਪਾ ਲੈਣ ਮਨ ਕੋ ਨਾਲ ਦੇ ਨਾਲ ਸਹਾਈ ਹੋ ਕੇ ਸਾਡੀ ਅਰਦਾਸ ਹੈ ਇਤਨੀ ਬੇਨਤੀਆਂ ਕਬੂਲ ਭੁੱਲਾ ਚੁਕਾਂ ਦੀ ਖਿਮਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ